ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਦੀ ਪ੍ਰਵਾਨਗੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੰਜਾਬੀ ਸਿੱਖ ਸੰਗਤ ਵੱਲੋਂ ਅਤੇ ਨਨਕਾਣਾ ਸਾਹਿਬ ਦੀ ਸਮੂਹ ਸੰਗਤਾਂ ਵੱਲੋਂ ਡਿਜੀਟਲ ਮੀਡੀਆ ਦੇ ਵਿੱਚ ਜਿਹੜਾ ਬਹੁਤ ਵੱਡਾ ਨਾਂ ਹੈ ਐਲਫਾਪ੍ਰੋ ਦਾ, ਉਹਦੇ ਮੈਨੇਜਰ ਡਾਇਰੈਕਟਰ ਅਦੀਲ ਅਯੂਬ ਸਾਹਿਬ ਨਨਕਾਣਾ ਸਾਹਿਬ ਆਏ ਹਨ, ਮੈਂ ਉਹਨਾਂ ਨੂੰ ਅਤੇ ਉਹਦੀ ਸਾਰੀ ਟੀਮ ਨੂੰ ਜੀ ਆਇਆਂ ਨੂੰ ਆਖਦਾ ਹਾਂ। ਉਹਦੇ ਤੋਂ ਬਾਅਦ ਕਿ ਅੱਜ ਦੁਨੀਆ ਦੇ ਵਿੱਚ ਅਖਬਾਰਾਂ ਵਾਲਾ ਜਾਂ ਖਬਰਾਂ ਵਾਲਾ ਜਾਂ ਛੋਟੇ ਮੋਟੇ ਦੌਰ ਨਹੀਂ ਰਹੇ, ਅੱਜ ਕੱਲ੍ਹ ਦੁਨੀਆ ਦੇ ਵਿੱਚ ਜੋ ਸਭ ਤੋਂ ਵੱਡਾ ਦੌਰ ਹੈ ਉਹ ਹੈ ਸੋਸ਼ਲ ਮੀਡੀਆ ਦਾ। ਸੋ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਆਪਣੇ ਕੌਮ ਦੀ, ਅਸੀਂ ਆਪਣੇ ਮਜ਼ਹਬ ਦੀ, ਅਸੀਂ ਆਪਣੇ ਦੁੱਖ ਦਰਦ ਨੂੰ ਦੁਨੀਆ ਤੱਕ ਫੌਰਨ ਪਹੁੰਚਾ ਸਕਦੇ ਹਾਂ। ਔਰ ਸੋਸ਼ਲ ਮੀਡੀਆ ਦੇ ਵਿੱਚ ਹੀ ਅਸੀਂ ਆਪਣੇ ਮੁਲਕ ਦੇ ਜਿਹੜੇ ਅਸਲ ਲੋਕ, ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਖਿਲਾਫ਼ ਜਾਂ ਪਾਕਿਸਤਾਨੀ ਸਿੱਖਾਂ ਦੇ ਖਿਲਾਫ਼ ਜੋ ਗੱਲਬਾਤ ਦੁਨੀਆ 'ਚ ਕਰਦੇ ਹਨ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੋਸ਼ਲ ਮੀਡੀਆ ਰਾਹੀਂ ਅਸੀਂ ਦੁਨੀਆ ਤੱਕ ਪਾਕਿਸਤਾਨ ਦਾ ਅਸਲ ਚਿਹਰਾ ਔਰ ਪਾਕਿਸਤਾਨ ਦੇ ਜਿਹੜੇ ਗੁਰੂ ਧਾਮ ਹਨ ਕਿ ਉਹਨਾਂ ਦੀ ਦੇਖਭਾਲ ਪਾਕਿਸਤਾਨ ਗੌਰਮੈਂਟ ਕਿਸ ਤਰ੍ਹਾਂ ਕਰ ਰਹੀ ਹੈ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਕਰ ਰਹੀ ਹੈ, ਪੰਜਾਬੀ ਸਿੱਖ ਸੰਗਤ ਕਿਸ ਤਰ੍ਹਾਂ ਕਰ ਰਹੀ ਹੈ, ਉਹਨੂੰ ਅਸੀਂ ਦੁਨੀਆ ਤੱਕ ਪਹੁੰਚਾਉਣ ਵਾਸਤੇ ਕਾਫ਼ੀ ਸਾਰੀ ਪੰਜਾਬੀ ਸਿੱਖ ਸੰਗਤ ਦੇ ਨਾਲ ਸਿੱਖ ਇਨ ਪਾਕਿਸਤਾਨ ਪੇਜ ਜਿਹੜਾ ਹੈ ਉਹਨੂੰ ਅਸੀਂ ਬਹੁਤ ਐਕਟਿਵ ਕੀਤਾ। ਔਰ ਸਾਡੇ ਛੋਟੇ ਵੀਰ ਨੇ ਉਹਨਾਂ 'ਤੇ ਬੜੀ ਮਿਹਨਤ ਕੀਤੀ, ਜਿਹਦੇ ਵਿੱਚ ਸਤਿੰਦਰ ਸਿੰਘ ਔਰ ਮਹਿੰਦਰ ਪਾਲ ਸਿੰਘ, ਉਹਨਾਂ ਦੋਨਾਂ ਨੇ ਬਹੁਤ ਮਿਹਨਤ ਕੀਤੀ। ਔਰ ਅੱਜ ਫਖਰ ਨਾਲ ਅਸੀਂ ਸਟੇਜ ਦੇ ਉੱਤੇ ਖਲੋ ਕੇ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਵੱਡੇ ਵੀ ਗਰੁੱਪ ਸਨ, ਜਿਹੜੇ ਵੱਡੇ ਵੀ ਨਾਂ ਸਨ, ਔਰ ਐਲਫਾਪ੍ਰੋ ਨੇ ਜਿਹੜਾ ਪ੍ਰੋਗਰਾਮ ਇਸਲਾਮਾਬਾਦ ਦੇ ਵਿੱਚ ਕੀਤਾ, ਉਸ ਵੀ ਵੱਡੇ ਪਾਕਿਸਤਾਨ ਦੇ ਨਾਵਾਂ ਦੇ ਵਿੱਚ ਸਿੱਖ ਇਨ ਪਾਕਿਸਤਾਨ ਦਾ ਨਾਮ ਹੀ ਸੀ। ਸੋ ਮੈਨੂੰ ਬਹੁਤ ਫਖਰ ਹੈ ਆਪਣੇ ਉਸ ਛੋਟੇ ਵੀਰ ਸਤਿੰਦਰ ਪਾਲ ਸਿੰਘ 'ਤੇ ਕਿ ਉਹਨੇ ਇਸ ਪੇਜ ਨੂੰ ਜਿਸ ਤਰ੍ਹਾਂ ਚਲਾਇਆ, ਜਿਸ ਤਰ੍ਹਾਂ ਉਹਨੇ ਅਸਲ ਚਿਹਰਾ ਦੁਨੀਆ ਦੇ ਸਾਹਮਣੇ ਪੇਸ਼ ਕੀਤਾ, ਜਿਸ ਤਰ੍ਹਾਂ ਸਾਡੇ ਮਸਾਇਲ ਦੁਨੀਆ ਨੂੰ ਪਤਾ ਲੱਗੇ, ਜਿਸ ਤਰ੍ਹਾਂ ਸਾਡੇ ਗੁਰਦੁਆਰਿਆਂ ਦੇ ਪ੍ਰੋਗਰਾਮ ਲਾਈਵ ਚੱਲੇ। ਔਰ ਮੈਂ ਬਹੁਤ ਧੰਨਵਾਦੀ ਹਾਂ ਐਲਫਾਪ੍ਰੋ ਦਾ ਕਿ ਉਹਦਾ ਸਿਲਾ ਸਾਨੂੰ ਦਿੱਤਾ। ਸੋ ਮੈਂ ਜੈਕਾਰੇ ਦੇ ਗੂੰਜ ਦੇ ਵਿੱਚ ਡਿਜੀਟਲ ਮੀਡੀਆ ਦੇ ਜਿਹੜੀ ਬਹੁਤ ਵੱਡੀ ਕੰਪਨੀ ਹੈ ਐਲਫਾਪ੍ਰੋ, ਉਹਦੇ ਮੈਨੇਜਿੰਗ ਡਾਇਰੈਕਟਰ ਅਦੀਲ ਅਯੂਬ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ ਕਰਨ। ਉਹਦੇ ਤੋਂ ਬਾਅਦ ਮੈਂ ਗਿਆਨੀ ਰਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਇੱਥੇ ਆਉਣ ਅਤੇ ਸਾਡੇ ਪ੍ਰਾਹੁਣਿਆਂ ਨੂੰ ਗੁਰੂ ਘਰ ਦੇ ਬਖਸ਼ਿਸ਼ ਸਰੋਪੇ ਵੀ ਦੇਣ। ਸੋ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਮੈਨੇਜਿੰਗ ਡਾਇਰੈਕਟਰ ਐਲਫਾਪ੍ਰੋ ਅਦੀਲ ਅਯੂਬ ਸਾਹਿਬ। अस्सलाम वालेकुम, सब सज्ञाकार, सबसे पहले बहुत शुक्रिया आप लोगों ने यहाँ पे भी इन्वाइट किया। और मैं AlphaPro एक डिजिटल मीडिया कंपनी है जो पूरे पाकिस्तान से जो डिजिटल मीडिया के गुरु थे उनको उन्होंने बुलाया इस्लामाबाद, और हमारे भाई सतिंदर पाल सिंह उनमें से एक थे जिन्होंने बहुत ही अच्छा काम किया, और इनके परफॉर्मेंस को देखते हुए इस्लामाबाद में हमने इनको आइकन अवार्ड दिया। उस अवार्ड देने का मकसद ये था कि इन्होंने ना सिर्फ पाकिस्तान में बल्कि पूरे इंटरनेशनल वर्ल्ड में आपकी जो कम्युनिटी है उसका नाम रोशन किया, और उनके जो प्रॉब्लम्स है और लेटेस्ट अपडेट्स देना और सोशल मीडिया को सही यूज़ करते हुए उन्होंने बहुत अच्छा काम किया, जिसकी खिदमत के पेश नज़र हमने उनको अवार्ड दिया। दूसरी बात ये कि मैं आप सब भाइयों से भी यही गुजारिश करूँगा कि जिस तरह सतिंदर पाल भाई ने ये सारा काम किया, AlphaPro वहाँ पर मौजूद है इस्लामाबाद में, और हमारा काम यही है कि हम अपने भाइयों की हेल्प करें और उनको प्रमोट करें। तो मैं आप लोगों को भी यही गुजारिश करूँगा कि आप इनकी हेल्प करें और इनके साथ आएँ, और अपनी कम्युनिटी की जो भी आवाज़ है उसको सामने, दुनिया के सामने ले करें, ताकि दुनिया में पता चले कि जो सिख कम्युनिटी है पाकिस्तान में वो कैसे रह रही है। जो एक गलत इंप्रेशन इंटरनेशनल मीडिया पेश करना चाह रहा है उसको निगेट करें, और अपना जो सही इंप्रेशन है, जो सही बात है, वो आप पूरी दुनिया तक पहुँचाएँ। बहुत बहुत शुक्रिया, मैं जितने भी यहाँ पे मैनेजमेंट के लोग हैं उनका दोबारा शुक्रिया अदा करता हूँ AlphaPro की तरफ से और टीम AlphaPro की तरफ से। शुक्रिया, मैं बहुत धन्यवादी हाँ। ਮੈਂ ਹੁਣ ਸੰਗਤ ਦੇ ਗਿਆਨੀ ਮਸਤਾਨ ਜੀ ਨੂੰ ਬੇਨਤੀ ਕਰਾਂਗਾ, ਵੀਰ ਜੀ ਰਾਜਵੀਰ ਨੂੰ, ਗਿਆਨੀ ਪ੍ਰੇਮ ਸਿੰਘ ਜੀ ਨੂੰ ਕਿ ਆਉਣ, ਮਾਮਾ ਜੀ ਤਰਨ ਸਿੰਘ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ।
ਔਰ ਉਹਦੇ ਟੀਮ ਨੇ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਆ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਤਰਨ ਸਿੰਘ ਜੀ ਨੂੰ ਕਿ ਗੁਰੂ ਘਰ ਦੀ ਬਖਸ਼ਿਸ਼ ਦੇਣ ਦੀ ਕਿਰਪਾਲਤਾ ਕਰਨ ਦੀ। ਗਿਆਨੀ ਪ੍ਰੇਮ ਸਿੰਘ ਜੀ ਨੂੰ ਬੇਨਤੀ ਹੈ, ਵੀਰ ਜੀ ਰਾਜਵੀਰ ਕਿ ਉਹ ਸਤਿੰਦਰ ਸਿੰਘ ਜਿਹਨੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਔਰ ਉਹਨੂੰ ਉੱਥੇ ਤੋਂ ਅਵਾਰਡ ਮਿਲਿਆ ਹੀ ਹੈ, ਸੋ ਇਹ ਉਹਨਾਂ ਦੀ ਸ਼ਾਨ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਬਹੁਤ ਛੋਟਾ ਜਿਹਾ ਗਿਫਟ ਹੈ, ਪਰ ਗੁਰੂ ਘਰ ਦੀ ਬਖਸ਼ਿਸ਼ ਹੈ ਸੋ ਉਹਨਾਂ ਵਾਸਤੇ ਬਹੁਤ ਵੱਡੀ ਹੈ। ਸੋ ਗੁਰੂ ਘਰ ਦੇ ਕਥਾ ਵਾਚਕ ਭਾਈ ਰਾਜਵੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਤਿੰਦਰ ਸਿੰਘ ਜੀ ਨੂੰ ਐਵਾਰਡ ਦੇਣ। ਸੋ ਸਾਡੇ ਵਾਸਤੇ ਬਹੁਤ ਵੱਡੀ ਗੱਲ ਸੀ, ਵੱਡਾ ਕਾਰਨਾਮਾ ਸੀ ਸਾਡੇ ਮੁੰਡੇ ਦਾ, ਪਰ ਅਰਦਾਸ ਵੀ ਕਰੋ ਕਿ ਉਹ ਅੱਗੇ ਵੀ ਇਸ ਤਰ੍ਹਾਂ ਚੱਲਣ ਅਤੇ ਸਿੱਖ ਕੌਮ ਦਾ ਨਾਂ ਰੋਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਪੂਰੀਆਂ ਸੰਗਤਾਂ ਨੂੰ ਇਹ ਮੈਸੇਜ ਅਸੀਂ ਸਿਰਫ ਸੰਗਤਾਂ ਵਾਸਤੇ ਨਹੀਂ ਜਾਂ ਗੁਰੂ ਨਾਨਕ ਨਾਮ ਲੈਵਾ ਵਾਸਤੇ ਵੀ ਨਹੀਂ, ਗੁਰੂ ਨਾਨਕ ਸਾਹਿਬ ਨੂੰ ਸਾਰੇ ਪਿਆਰ ਕਰਦੇ, ਪਰ ਇਹ ਮੈਸੇਜ ਪੂਰੇ ਵਰਲਡ ਵਾਸਤੇ ਹੈ ਕਿ ਜਿਸ ਤਰ੍ਹਾਂ ਦੁਨੀਆ ਨੇ ਤਰੱਕੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ, ਇਸੇ ਤਰ੍ਹਾਂ ਹੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸਿੱਖ ਕੌਮ ਕਿਸੇ ਵੀ ਥਾਂ 'ਤੇ ਪਿੱਛੇ ਨਾ ਰਹੇ। ਸਾਡੇ ਮੁੰਡਿਆਂ ਨੇ ਹਰ ਫੀਲਡ ਦੇ ਵਿੱਚ ਉਹਦੇ ਨਾਲ ਨਾਲ ਹੀ ਤਰੱਕੀ ਕੀਤੀ ਹੈ। ਜਿਸ ਤਰ੍ਹਾਂ ਅਸੀਂ ਸੇਵਾ ਕਰ ਰਹੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਔਰ ਪੰਜਾਬੀ ਸਿੱਖ ਸੰਗਤ ਜਿਸ ਤਰ੍ਹਾਂ ਕੌਮ ਦੀ ਸੇਵਾ ਕਰਦੀ ਹੈ ਔਰ ਜਿਸ ਤਰ੍ਹਾਂ ਗੁਰੂ ਨਾਨਕ ਨਾਮ ਲੈਵਾ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਸੰਗਤਾਂ ਹਨ ਉਹਨੂੰ ਗੁਰੂ ਧਾਮਾਂ ਨਾਲ ਜੋੜਦੀ ਹੈ, ਸੇਮ ਇਸੇ ਤਰ੍ਹਾਂ ਸਿੱਖ ਇਨ ਪਾਕਿਸਤਾਨ ਪੇਜ ਜਿਹੜਾ ਕਿ ਇਸ ਟਾਈਮ ਦੁਨੀਆਂ ਦੇ ਵਿੱਚ ਬਹੁਤ ਮਕਬੂਲ ਹੋ ਚੁੱਕਿਆ ਹੈ, ਔਰ ਉਹਦੇ ਵਿੱਚ ਕਿ ਜਿਹੜਾ ਅਸਲ ਚਿਹਰਾ ਅਸੀਂ ਆਪਣੇ ਮੁਲਕ ਦਾ ਵਿਖਾਉਣਾ ਹੈ, ਅਸਲ ਚਿਹਰਾ ਅਸੀਂ ਆਪਣੇ ਗੁਰਦੁਆਰਿਆਂ ਦਾ ਵਿਖਾਉਣਾ ਹੈ, ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹਾਂ ਔਰ ਸਾਨੂੰ ਬਹੁਤ ਖੁਸ਼ੀ ਹੈ। ਸੋ ਇਸਲਾਮਾਬਾਦ ਦੇ ਵਿੱਚ ਪਿਛਲੇ ਦਿਨ ਇੱਕ ਪ੍ਰੋਗਰਾਮ ਹੋਇਆ ਅਲਫਾ ਪ੍ਰੋ ਕੰਪਨੀ ਨੇ ਕੀਤਾ, ਜਿਹਦੇ ਵਿੱਚ ਸਿੱਖ ਇਨ ਪਾਕਿਸਤਾਨ ਨੂੰ ਵੀ ਅਵਾਰਡ ਮਿਲਿਆ। ਸੋ ਸਾਡੀ ਛਾਤੀ ਫਖਰ ਨਾਲ ਚੌੜੀ ਹੋ ਜਾਂਦੀ ਹੈ ਕਿ ਸਾਡਾ ਉਹ ਵੀਰ ਸਤਿੰਦਰ ਸਿੰਘ ਜਿਹਨੇ ਉਹਦੇ ਉੱਤੇ ਦਿਨ ਰਾਤ ਮਿਹਨਤ ਕੀਤੀ, ਜਿਹਨੇ ਸਾਡੇ ਛੋਟੇ ਤੋਂ ਛੋਟੇ ਪੁਆਇੰਟ ਨੂੰ ਚੁੱਕ ਕੇ ਉਸ ਪੇਜ ਦੇ ਉੱਤੇ ਲਾਇਆ ਔਰ ਉਹਦੇ ਵੇਖਣ ਵਾਲੇ ਜਿਹੜੇ ਲੱਖਾਂ 'ਚ ਲੋਕ ਸਨ ਉਹਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ। ਪਰ ਸਾਡੇ ਉਸ ਵੀਰ ਨੇ ਦੁਨੀਆਂ ਨੂੰ ਇਹ ਸਾਬਤ ਕਰ ਦਿੱਤਾ ਆਪਣੇ ਪੇਜ ਰਾਹੀਂ ਕਿ ਪਾਕਿਸਤਾਨ ਦੇ ਲੋਕ ਮਹਿਮਾਨ ਨਵਾਜ਼ ਹਨ, ਪਾਕਿਸਤਾਨ ਦੀ ਆਵਾਮ ਪਿਆਰ ਕਰਨ ਵਾਲੀ ਹੈ, ਪਾਕਿਸਤਾਨ ਦੀ ਗੌਰਮੈਂਟ ਸਿੱਖ ਕੌਮ ਨੂੰ ਪਿਆਰ ਕਰਦੀ ਹੈ। ਸੋ ਇਸ ਸਿਲਸਿਲੇ ਦੇ ਵਿੱਚ ਅੱਜ ਨਨਕਾਣਾ ਸਾਹਿਬ ਦੇ ਵਿੱਚ ਵੀ ਪ੍ਰੋਗਰਾਮ ਹੋਇਆ ਔਰ ਮੈਂ ਬੜੇ ਫਖਰ ਨਾਲ ਕਹਿੰਦਾ ਹਾਂ ਕਿ ਐਲਫਾ ਪ੍ਰੋ ਦੇ ਮੈਨੇਜਿੰਗ ਡਾਇਰੈਕਟਰ ਅਦੀਲ ਅਯੂਬ ਸਾਹਿਬ ਇੱਥੇ ਤਸ਼ਰੀਫ ਲਿਆਏ, ਸਾਨੂੰ ਬਹੁਤ ਖੁਸ਼ੀ ਹੋਈ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਨੂੰ ਸਰੋਪੇ ਦਿੱਤੇ ਔਰ ਉਹਨਾਂ ਦਾ ਧੰਨਵਾਦ ਕੀਤਾ ਕਿ ਸਾਡੇ ਉਸ ਨੌਜਵਾਨ ਵੀਰ ਸਤਿੰਦਰ ਸਿੰਘ ਨੂੰ ਉਹਨਾਂ ਉੱਥੇ ਅਵਾਰਡ ਦਿੱਤਾ ਔਰ ਸਿੱਖ ਕੌਮ ਦਾ ਨਾਂ ਪਾਕਿਸਤਾਨ ਦੇ ਵਿੱਚ ਰੋਸ਼ਨ ਕੀਤਾ, ਬੁਲੰਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਜ ਕੀ ਵਿਚਾਰ ਆਪਕੇ ਸਾਥ ਸ਼ੇਅਰ ਕਰਨੇ ਕਾ ਇੱਕ ਆਪਣਾ ਮੌਜੂ ਰੱਖਤੀ ਹੈ। ਮੌਜੂ ਯਹ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਕੀ ਇਸ ਪਾਕ ਧਰਤੀ ਪੇ ਹਮਾਰੇ ਸਿੱਖ ਜਵਾਨ ਹਰ ਫੀਲਡ ਮੇ ਮੈਜੋਰਿਟੀ ਕੇ ਸ਼ਾਨਾ ਬਸ਼ਾਨਾ ਚਲਤੀ ਹੈ, ਚਾਹੇ ਉਹ ਪਾਕ ਆਰਮੀ ਹੈ, ਰੇਂਜਰਸ ਹੈ, ਡਾਕਟਰਸ ਹੈ, ਇੰਜੀਨੀਅਰ ਕੀ ਸੂਰਤ ਮੇ ਮੁਲਕੋ ਕੌਮ ਕੀ ਖਿਦਮਤ ਕਰ ਰਹੇ ਹੈ। ਇਸੀ ਤਰ੍ਹਾਂ ਪਾਕਿਸਤਾਨ ਕੋ ਆਜ ਇੱਕ ਔਰ ਏਜ਼ਾਜ਼ ਹਾਸਲ ਹੁਆ ਹੈ, ਵੋ ਏਜ਼ਾਜ਼ ਸੋਸ਼ਲ ਮੀਡੀਆ ਐਕਟਿਵਿਸਟ ਕੇ ਰੂਪ ਮੇ ਹਾਸਲ ਹੁਆ ਹੈ। ਤੋ ਮੈਂ ਸ਼ੁਕਰਗੁਜ਼ਾਰ ਹੂੰ ਅਲਫਾ ਪ੍ਰੋ ਕਾ, ਅਦੀਲ ਸਾਹਿਬ ਕਾ, ਜਿਨ੍ਹੋਂਨੇ ਹਮਾਰੇ ਛੋਟੇ ਭਾਈ ਸਤਿੰਦਰ ਪਾਲ ਸਿੰਘ ਕੋ ਐਪਰੀਸੀਏਸ਼ਨਸ ਦੀ ਐਪਰੀਸ਼ੀਏਟ ਕੀਆ। ਯੇ ਐਪਰੀਸੀਏਸ਼ਨਸ ਹਮਾਰੇ ਆਨੇ ਵਾਲੇ ਨਸਲੋਂ ਕੇ ਲੀਏ, ਹਮਾਰੇ ਆਨੇ ਵਾਲੇ ਸਿੱਖ ਜਵਾਨੋਂ ਕੇ ਲੀਏ ਬਹੁਤ ਬੜੀ ਹੌਸਲਾ ਅਫਜ਼ਾਈ ਹੈ। ਇੱਕ ਨਏ ਅਜ਼ਮ ਕੇ ਸਾਥ ਕਾਮ ਕਰਨੇ ਕੀ ਇੱਕ ਸਪਿਰਿਟ ਆਈ ਹੈ ਹਮਾਰੇ ਜਵਾਨੋਂ ਮੇਂ। ਜਿਸ ਤਰ੍ਹਾਂ ਸੇ ਪਾਕਿਸਤਾਨ ਕਾ ਪਹਿਲਾ ਸਿੰਘ ਸਰਦਾਰ ਸਤਿੰਦਰ ਪਾਲ ਸਿੰਘ ਜਿਸਕੋ ਆਈਕੋਨ ਅਵਾਰਡ ਸੇ ਨਵਾਜ਼ਾ ਗਿਆ ਹੈ,
हमारे पूरी सिख कौम में एक खुशी की लहर दौड़ रही है। मैं अपनी पूरी सिख कम्युनिटी को एक मैसेज देना चाहता हूँ, पूरी दुनिया की सिख कम्युनिटी को मेरा ये मैसेज है, ख़ास तौर पे जो हिंदुस्तान में हमारी सिख बरादरी रहती है, मेरा उनको एक ख़ास पैगाम है कि जिस तरह हिंदुस्तानी मीडिया अपने भरपूर कोशिशों में लगा हुआ है, एक मनफी प्रोपोगंडा होता है पाकिस्तान के बारे में, पाकिस्तान में रहने वाले सिखों के बारे में, जो एक मनफी प्रोपोगंडे की लहर उन्होंने चलाई है, ये सोशल मीडिया आइकॉन अवार्ड उनको प्रैक्टिकली तौर पे एक मुंह तोड़ जवाब है। और ये अवार्ड इस बात की वजाहत करता है कि सिख कौम पाकिस्तान में हर तरह से आज़ाद है और आज़ादी के साथ अपने मुस्लिम भाइयों के साथ शाना बशाना होकर वो आगे चलते हैं, आगे बढ़ने का अज़म रखते हैं।